ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪਵਿੱਤਰ ਜੋ ਹਰ ਸਾਲ ਦੀ ਤਰ੍ਹਾਂ ਦਿਹਾੜਾ ਮਨਾਇਆ ਜਾਂਦਾ, ਅੱਜ ਵੀ ਆਗਮਨ ਪੁਰਬ ਦੇ ਸੰਬੰਧਿਤ ਨਗਰ ਕੀਰਤਨ ਸੰਗਤਾਂ ਵੱਲੋਂ ਕੱਢਿਆ ਜਾ ਰਿਹਾ। ਅਸੀਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ ਔਰ ਨਾਲ ਹੀ ਅਸੀਂ ਅੱਜ ਗੁਰਦੁਆਰਾ ਸਾਹਿਬ ਬੀਬੀ ਕਾਨਪੁਰ ਦੇ ਅਸੀਂ ਇੱਥੇ ਖੜ੍ਹੇ ਹਾਂ ਔਰ ਸਾਰੇ ਹੀ ਇੱਥੇ ਸਵਾਗਤ ਕਰਨ ਵਾਸਤੇ ਸਾਡੇ ਮੈਂਬਰ ਸਾਹਿਬਾਨ, ਮੈਨੇਜਰ ਸਾਹਿਬ ਅਤੇ ਹੋਰ ਟਰੱਸਟੀ ਮੈਂਬਰ ਖੜ੍ਹੇ ਆ। ਬਹੁਤ ਬਹੁਤ ਧੰਨਵਾਦੀ ਹਾਂ ਸੰਤ ਮਹਾਂਪੁਰਸ਼ਾਂ ਦੇ ਜਿਨ੍ਹਾਂ ਨੇ ਆਪ ਦੇ ਵੱਲੋਂ ਪੂਰੀ ਕੋਸ਼ਿਸ਼ ਕਰਕੇ, ਖਾਸ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਅੱਜ ਦਾ ਜਿਹੜਾ ਨਗਰ ਕੀਰਤਨ ਉਹਦਾ ਉਪਰਾਲਾ ਕੀਤਾ। ਬੇਸ਼ੱਕ ਸਾਨੂੰ ਇਹ ਸਾਂਝੇ ਉਪਰਾਲੇ ਵੀ ਸ਼ਹਿਰ 'ਚ ਕਰਨੇ ਚਾਹੀਦੇ, ਕਿਉਂਕਿ ਨਗਰ ਕੀਰਤਨ ਆ ਜਿਹੜੇ ਜ਼ੋਰ ਸ਼ੋਰ ਦੇ ਨਾਲ, ਜੇ ਤਕਰੀਬਨ ਇੱਕ ਜਾਂ ਦੋ ਨਿਕਲ ਤਾਂ ਬਹੁਤ ਚੰਗੀ ਗੱਲ ਹੈ, ਪਰ ਫਿਰ ਵੀ ਜਿਹੜਾ ਉਪਰਾਲਾ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਬਹੁਤ ਚੰਗਾ, ਬਹੁਤ ਵੱਡਾ ਉਪਰਾਲਾ। ਲੰਗਰ ਦਾ ਪ੍ਰਬੰਧ ਇੱਥੇ ਕੀਤਾ ਗਿਆ, ਬਹੁਤ ਵੱਡੀ ਚੜ੍ਹਦੀ ਸੰਗਤ ਆ ਰਹੀਆਂ ਔਰ ਇਹ ਇੱਕ ਕੌਮ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਕਿ ਭਾਵੇਂ ਨਗਰ ਕੀਰਤਨ ਕਿੰਨੇ ਵੀ ਸ਼ਹਿਰ 'ਚ ਕੱਢੇ ਜਾਂਦੇ ਆ ਪਰ ਬੜੇ ਉਤਸ਼ਾਹ ਨਾਲ ਕੱਢੇ ਜਾਂਦੇ ਆ ਔਰ ਸੰਗਤਾਂ, ਖਾਸ ਕਰਕੇ ਨੌਜਵਾਨ ਭਰਾ ਸਾਡੇ ਦੇ ਭੈਣਾਂ ਬਹੁਤ ਵੱਡੇ ਪੱਧਰ 'ਤੇ ਹਿੱਸਾ ਲੈਂਦੇ ਆ, ਖਾਸ ਕਰਕੇ ਛੋਟੇ ਬੱਚਿਆਂ ਦਾ ਔਰ ਖਾਸ ਕਰਕੇ ਬਜ਼ੁਰਗਾਂ ਦਾ ਅਸੀਂ ਸਤਿਕਾਰ ਕਰਦੇ ਹੋਏ ਪਿਆਰ ਦੇ ਨਾਲ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਅੱਜ ਦਾ ਇਹ ਸਮਾਂ 5-7 ਘੰਟੇ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨਾਲ ਨਾਲ ਚੱਲ ਕੇ ਜਿਹੜਾ ਅੱਜ ਪੂਰਾ ਦਿਨ ਉਹਨਾਂ ਦੇ ਨਾਲ ਬਿਤਾਉਣਾ ਹੈ। ਇੱਕ ਵਾਰ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਔਰ ਖਾਸ ਕਰਕੇ ਕੇਂਦਰ ਸਰਕਾਰ ਦੇ ਵੀ ਧੰਨਵਾਦੀ ਹੈ ਜਿਨ੍ਹਾਂ ਨੇ ਸ੍ਰੀ ਹਜ਼ੂਰ ਸਾਹਿਬ ਨੂੰ ਸਿੱਧੀ ਫਲਾਈਟ ਵੀ ਲਾਈ ਹੈ ਔਰ ਜਿਹੜੀ 2 ਦਿਨ ਅੰਮ੍ਰਿਤਸਰ ਤੋਂ ਚੱਲ ਰਹੀ ਹੈ, 2 ਦਿਨ ਚੰਡੀਗੜ੍ਹ ਤੋਂ ਔਰ 2 ਦਿਨ ਦਿੱਲੀ ਤੋਂ ਚੱਲ ਰਹੀ ਹੈ। ਤਕਰੀਬਨ 6 ਦਿਨ ਜਿਹੜੀ ਹੈ ਫਲਾਈਟ ਚੱਲਦੀ ਹੈ ਔਰ ਭਾਵੇਂ ਟ੍ਰੇਨਾਂ ਵੀ ਜਾਂਦੀਆਂ ਸੀ ਲੇਕਿਨ ਕਈ ਛੇਤੀ ਸਿੰਘ ਮੁੜਨ ਵਾਲੇ ਹੁੰਦੇ ਆ, ਉਹਨਾਂ ਵਾਸਤੇ ਬਹੁਤ ਵੱਡਾ ਸਰਕਾਰਾਂ ਜੋ ਉਪਰਾਲਾ ਕਰ ਰਹੀਆਂ ਗੁਰੂ ਸਾਹਿਬ ਦੇ ਨਾਮ ਦੇ ਨਾਲ। ਇਹ ਇੱਕ ਬਹੁਤ ਵੱਡੀ ਮੈਂ ਸਮਝਦਾ ਸਲਾਹ ਜੋ ਕਦਮ ਹੈ ਜਿੱਥੇ ਭਾਰਤ ਸਰਕਾਰ ਦਾ ਔਰ ਨਾਲ ਨੌਜਵਾਨ ਟੀਮਾਂ ਦਾ, ਖਾਸ ਕਰਕੇ ਮਟਵਾਣੀ ਪਰਿਵਾਰ ਦਾ ਅਸੀਂ ਧੰਨਵਾਦੀ ਹਾਂ ਅਤੇ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਵਿਸ਼ਕਰਮਾ ਨਗਰ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਅੱਜ ਮੋਗੇ ਸ਼ਹਿਰ ਦੇ ਵਿੱਚ ਗੁਰੂ ਹਰਗੋਬਿੰਦ ਸੋਸਾਇਟੀ, ਗੁਰਦੁਆਰਾ ਸਾਹਿਬ ਮੰਨ ਦੀ ਪ੍ਰਬੰਧ ਕਮੇਟੀਆਂ, ਸਾਰੇ ਹੀ ਮੋਗੇ ਦੇ ਇਲਾਕਾ ਨਿਵਾਸੀ ਸਿੱਖ ਸੰਗਤਾਂ ਜੋ ਸਹਿਯੋਗ ਦੇ ਨਾਲ ਅੱਜ ਇੱਥੋਂ ਮਹੱਲਾ ਵਿਸ਼ਕਰਮਾ ਨਗਰ ਵਿੱਚੋਂ ਚੱਲਣਾ ਹੈ, ਉਹ ਮੇਨ ਬਾਜ਼ਾਰ ਵਿੱਚ ਵੀ ਹੁੰਦਾ ਹੈ, ਅਕਾਲ ਸਾਹਿਬ ਗੁਰਦੁਆਰੇ ਦੇ ਕੋਲੋਂ, ਬੀਬੀ ਅਮਰ ਕੌਰ ਦੇ ਗੁਰਦੁਆਰੇ ਕੋਲ ਦੀ, ਸਿੰਘ ਸਭਾ ਗੁਰਦੁਆਰੇ ਕੋਲ ਦੀ, ਅੱਗੇ ਉਹ ਬੀਬੀ ਕਾਨਪੁਰ ਦੇ ਗੁਰਦੁਆਰੇ ਦੇ ਕੋਲ ਦੀ ਬੱਸ ਅੱਡੇ ਨੂੰ ਔਰ ਫਿਰ ਇੱਥੇ ਵੀ ਅਕਾਲ ਸਾਹਿਬ ਰੋਡ ਆ ਕੇ ਇੱਥੇ ਸਮਾਪਤੀ ਹੋਊਗਾ। ਪੰਜਾਂ ਪਿਆਰਿਆਂ ਦੀ ਗਵਾਹੀ ਔਰ ਯੋਗੇ ਦੀਆਂ ਸਿੱਖ ਸੰਗਤਾਂ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਨੌਜਵਾਨਾਂ ਦਾ ਬਹੁਤ ਇਹਦੇ 'ਚ ਅਤੇ ਸੇਵਾ ਕਰਦੇ ਨੇ, ਮਾਈਆਂ ਬੀਬੀਆਂ ਵੀ ਮਹਾਰਾਜ ਕਿਰਪਾ ਕਰਨਗੇ। ਆਓ ਅੱਜ ਇੱਥੋਂ ਆਰੰਭ ਕਰਦੇ ਹਾਂ, ਸਾਰੀਆਂ ਸਿੱਖ ਸੰਗਤਾਂ ਰਸਤੇ ਵਿੱਚ ਥਾਂ ਥਾਂ 'ਤੇ ਦਰਸ਼ਨ ਕਰਨੇ ਆ ਔਰ ਸੰਗਤਾਂ ਦੀ ਸੇਵਾ ਕਰਨੀ, ਪਾਈ ਗਲੀਆਂ ਅੱਗੇ ਦਰਵਾਜ਼ਿਆਂ ਦੇ ਅੱਗੇ ਸਫਾਈ ਕਰਨੀ। ਅਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ, ਭਾਈ ਮੋਗੇ ਸ਼ਹਿਰ ਨਿਵਾਸੀਆਂ ਨੂੰ ਔਰ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ, ਅਤੇ ਬਾਹਰੋਂ ਨਗਰਾਂ ਤੋਂ ਵੀ ਸੰਗਤਾਂ ਆਈਆਂ, ਬਹੁਤ ਮਹਾਰਾਜ ਦੀ ਕਿਰਪਾ ਜੀ। ਤੋ ਇਹ ਬੇਨਤੀ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਹੀ। ਸਿੱਖ ਸੰਗਤਾਂ ਜੋ ਵੀ ਆਈਆਂ ਔਰ ਮਾਈਆਂ ਬੀਬੀਆਂ ਵੀ ਵਿਸ਼ਕਰਮਾ ਨਗਰ ਤੋਂ, ਸਰਦਾਰ ਨਗਰ ਤੋਂ ਜੋ ਕੀਰਤਨੀ ਜਥੇ, ਉਹ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਜੋ ਸੰਗਤਾਂ ਸੇਵਾ ਕਰ ਰਹੀਆਂ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।